हरपाल जी मेनू मी देर तो ते अमन रोड़े तो मंग ले पैसे कमरे दे ते उन्हां दे हो गया पोल्यूशन दी नाल दी नाल रेड ते चिट्ठी नोटिस कढ़ता। मजीठिया साहब थोड़ा जीजा करता रहा, तुसी साला बनू यह करते रहे हो लोकां दे होटल दबण दी। पत्रकार साहब जां मजीठिया दा पता नहीं साडे झूठे पंड चक्कण गए सी वी जिहनां नूं पता लग गया वी होटल दे उत्थे कमरे च बह के जिहड़े आ खाधे आ। मैं कहूंगा कि तुसी कुलचा लैण वाले कोल जाओ, तुसी उदों पुछो वी जिद्दण तिन मंत्री आया तेरी दुकान ते वेखा गया कि कितें होटल दे कमरे च जिहड़े आ मंगवाया। यार कोई गल है करन वाली है सानूं। पहली गल तां इह आ कि कुलचा जिहड़ा ना, मैं बड़ा शकीन आ कुलचां दा। कुलचा लैण वाले जिन्हां दा जिक्र कीता गया ओह मैं जदों MLA भी नहीं सी उदों वी उन्हां दे खांदा सी, फिर मैं MLA बनिया उदों भी खांदा रहा, ते फिर जदों मैं मंत्री बनिया ओदू बाद मैं तीन चार बार उन्हां दे खा के जिहड़ा ओह आया। ते कुलचा खाण नाल नूं इह पता हुंदा स्वाद, क्योंकि मेरा VC साहब नाल बड़ा प्यार है। ਜਿਹੜੇ GNDU ਵਾਲੇ ਆ ਉਹ ਕਈ ਵਾਰ ਕਹਿ ਦਿੰਦੇ ਆ ਵੀ ਮੀਤ ਜੀ ਤੁਹਾਨੂੰ ਇੱਥੇ ਮੰਗਵਾ ਦਿੰਦੇ ਆ। ਮੈਂ ਕਹਿੰਦਾ ਜੀ ਜਿਹੜਾ ਉੱਥੇ ਬਹਿ ਕੇ ਖਾਣ ਦਾ ਸਵਾਦ ਆਉਂਦਾ ਨਾ ਉਹ ਉੱਥੇ ਆ, ਤੇ ਅੰਮ੍ਰਿਤਸਰ ਵਾਲ ਨੂੰ ਪਤਾ। ਮਜੀਠੀਆ ਸਾਹਿਬ ਨੂੰ ਹੋ ਸਕਦਾ ਨਾ ਪਤਾ ਹੋਵੇ, ਤੁਸੀਂ ਪੁੱਛ ਲਿਓ ਜਾ ਕੇ ਵੀ ਕੁਲਚਾ ਲੈਣ ਤੇ ਕਦੇ ਆਇਆ ਕਿ ਨਹੀਂ। ਸੋ ਮੈਂ ਜੋ ਉਹਨਾਂ ਨੇ ਕਿਹਾ ਕਿ ਜੀ ਹੋਟਲ ਦੇ ਕਮਰੇ ਚ, ਕਿਉਂਕਿ ਨਾ ਉਹ ਇੱਕ ਕੋਈ ਪੱਤਰਕਾਰ ਹੈ, ਦੇਖੋ ਪੱਤਰਕਾਰ ਜਿਹੜਾ ਆ ਅਸੀਂ ਬੜਾ ਸਤਿਕਾਰ ਕਰਦੇ ਹਾਂ, ਪਰ ਜਿਹੜੇ ਇਸ ਤਰ੍ਹਾਂ ਦੀ ਪੱਤਰਕਾਰੀ ਕਰਦੇ ਆ ਇਹ ਮਤਲਬ ਕਿ ਬੜਾ ਮੰਦਭਾਗਾ ਹੈ। ਇੱਕ ਮਨਘੜਤ ਕਹਾਣੀ ਪਤਾ ਨਹੀਂ ਕਿੱਥੋਂ ਨੇ ਲੈ ਕੇ ਆਉਂਦੀ ਕਿ ਜੀ ਹੋਟਲ ਦੇ ਰੂਮ 'ਚ ਉੱਥੇ ਪਹਿਲਾਂ ਗਏ ਜੀ ਮੰਤਰੀ ਸਾਹਿਬ ਤਿੰਨੋਂ, ਉੱਥੇ ਉਹਨਾਂ ਨੂੰ ਕੁਲਚਾ ਲੈਣ ਦੇ, ਉੱਥੇ ਕਹਿੰਦੇ ਵੀ ਅਸੀਂ ਲੋਕਾਂ 'ਚ ਖੜ ਕੇ ਥੋੜ੍ਹੀ ਖਾਵਾਂਗੇ, ਅਸੀਂ ਹੋਟਲ ਦੇ ਕਮਰੇ 'ਚ ਮੰਗਾਵਾਂਗੇ, ਉੱਥੇ ਕੁਲਚੇ ਮੰਗਵਾਏ, ਪਤਾ ਨਹੀਂ ਕੀ। ਮੈਂ ਇੱਕ ਮਿੰਟ, ਮੈਂ ਤੁਸੀਂ ਸਾਰੇ ਇੱਥੇ ਹੋ ਅੰਮ੍ਰਿਤਸਰ 'ਚੋਂ, ਮੈਂ ਇੱਕ ਗੱਲ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਕਹਿਣਾ, ਇਹ ਗੱਲ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਆ, ਮੈਂ ਰਾਜਨੀਤੀ ਛੱਡੂੰਗਾ। ਨਹੀਂ ਬਿਕਰਮ ਮਜੀਠੀਆ ਅਤੇ ਉਹ ਜਿਹੜਾ ਇੱਕ ਪੱਤਰਕਾਰ ਉਹ ਮਾਫ਼ੀ ਮੰਗੇ ਅਤੇ ਜਵਾਬ ਦੇਵੇ ਵੀ ਇਹ ਤੁਸੀਂ ਮਨਘੜਤ ਕਹਾਣੀ ਫਿਲਮ ਵਾਲੀ ਇਹ ਜਿਹੜੀ ਕਿੱਥੋਂ ਬਣਾਈ, ਕਿੱਥੇ ਮਤਲਬ ਕਿ ਤੁਹਾਡੇ ਇੱਕ ਮਿੰਟ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ। ਅਸੀਂ 5 ਸਾਲ ਓਪੋਜੀਸ਼ਨ 'ਚ ਰਹੇ ਹਾਂ, ਕਦੇ ਇੱਦਾਂ ਦੀ ਘਟੀਆ ਰਾਜਨੀਤੀ ਨਹੀਂ ਕੀਤੀ ਵੀ ਤੁਸੀਂ ਮਨਘੜਤ ਕਹਾਣੀਆਂ। ਜੋ ਅਸੀਂ ਮੁੱਦੇ ਉਠਾਏ ਅਸੀਂ ਮੁੱਦੇ ਉਠਾਉਂਦੇ ਸੀ, ਕਿਤੇ ਕੋਈ ਗੈਰ ਕਾਨੂੰਨੀ ਕੰਮ ਹੁੰਦਾ, ਕਿਤੇ ਕੋਈ ਘਪਲਾ ਹੋਇਆ। ਯਾਰ ਕੋਈ ਗੱਲ ਹੈ ਕਰਨ ਵਾਲੀ ਹੈ, ਤੁਸੀਂ ਮਤਲਬ ਕਿ ਝੂਠੀਆਂ ਮਨਘੜਤ ਕਹਾਣੀਆਂ। ਤੁਸੀਂ 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 ਭਾਜੀ ਇੱਥੇ ਹੋ, ਮੈਂ ਕਹੂੰਗਾ ਕਿ ਤੁਸੀਂ ਕੁਲਚਾ ਲੈਣ ਵਾਲੇ ਕੋਲ ਜਾਓ, ਤੁਸੀਂ ਉਦੋਂ ਪੁੱਛੋ ਵੀ ਜਿੱਦਣ ਤਿੰਨ ਮੰਤਰੀ ਆਇਆ ਤੇਰੀ ਦੁਕਾਨ ਤੇ ਵੇਖਿਆ ਗਿਆ ਕਿ ਕਿਤੇ ਹੋਟਲ ਦੇ ਕਮਰੇ 'ਚ ਜਿਹੜੇ ਆ ਮੰਗਵਾਇਆ। ਜਿਹੜੀ ਇਸ ਤਰ੍ਹਾਂ ਦੀ ਰਾਜਨੀਤੀ ਹੈ ਮਜੀਠੀਆ ਸਾਹਿਬ ਤੁਹਾਡਾ ਜੀਜਾ ਕਰਦਾ ਰਿਹਾ, ਤੁਸੀਂ ਸਾਲਾ ਭਨੋਈਆ ਕਰਦੇ ਰਹੇ ਹੋ ਲੋਕਾਂ ਦੇ ਹੋਟਲ ਦੱਬਣ ਦੀ। ਸਾਰੇ ਮਲਵਈ ਤੁਹਾਡੇ ਜੀਜੇ ਯਾਰ, ਕਿਹੜੀ ਸਾਡੇ ਮਲਵਈ ਮਿਹਨਤੀ ਲੋਕ ਆ। ਤੇ ਜੇ ਤੁਸੀਂ, ਮੈਂ ਕਹੂੰਗਾ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਕਿ ਤੁਸੀਂ ਉੱਥੇ ਜਾ ਕੇ ਆਓ। ਹਾਂ ਜਿਹੜਾ ਪਤਾ ਨਹੀਂ ਜਿਹੜੀ ਇਹਨਾਂ ਨੇ ਕਹਾਣੀ ਬਣਾਈ ਹੈਗੀ, ਤੁਸੀਂ ਉਹਨਾਂ ਨੂੰ ਪੁੱਛਿਓ ਉਹ ਤੁਹਾਨੂੰ ਕੀ ਕਹਿੰਦੇ ਆ। ਬਾਕੀ ਪਤਾ ਨਹੀਂ ਵੀ ਉਹ ਪੱਤਰਕਾਰ ਸਾਹਿਬ ਜਾਂ ਮਜੀਠੀਆ ਦਾ ਪਤਾ ਨਹੀਂ ਸਾਡੇ ਝੂਠੇ ਪੰਡ ਚੱਕਣ ਗਏ ਸੀ ਵੀ ਜਿਹਨੂੰ ਪਤਾ ਲੱਗ ਗਿਆ ਵੀ ਹੋਟਲ ਦੇ ਉੱਥੇ ਕਮਰੇ 'ਚ ਬਹਿ ਕੇ ਜਿਹੜੇ ਉਹ ਖਾਧੇ ਆ। ਸੋ ਬਹੁਤ, ਮੈਂ ਇਹਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ। ਪਰਸੋਂ ਦਾ ਉਹਨੇ ਇਹ ਕੀਤੀ ਆ ਚੱਲ ਰਿਹਾ, ਪਰ ਸਾਨੂੰ ਇਹ ਮਜਬੂਰ ਕਰਤਾ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਕਈ ਸਾਡੇ ਵੀ ਵਿਦਵਾਨ ਬਣ ਜਾਂਦੇ ਆ, ਮਤਲਬ ਕਿ ਜੋ ਇੱਕ ਬੰਦੇ ਨੇ ਝੂਠ ਪਰੋਸਤਾ, ਤੁਸੀਂ ਸਾਡੇ ਤੋਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ, ਤੁਸੀਂ ਉਹ ਹੋਟਲ ਵੱਲ ਤੋਂ ਜਾ ਕੇ ਨਹੀਂ ਪੁੱਛਿਆ, ਤੁਸੀਂ ਕੁਲਚਾ ਲੈਣ ਵਾਲ ਤੋਂ ਜਾ ਕੇ ਨਹੀਂ ਪੁੱਛਿਆ, ਤੇ ਤੁਸੀਂ ਇੱਕ ਮਨਘੜਤ ਕਹਾਣੀ ਬਣਾ ਕੇ ਜਿਹੜੀ ਆ ਉਹ ਚਲਾ ਰਹੇ ਹੋ। ਸੋ ਮੈਂ ਦੁਬਾਰਾ ਚੈਲੰਜ ਕਰਦਾ, ਇਹ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬਹਿ ਕੇ ਖਾਧਾ। ਮੈਂ ਰਾਜਨੀਤੀ ਛੱਡੂੰਗਾ, ਨਹੀਂ ਜੋ ਭਾਜੀ ਇੱਕ ਮਿੰਟ ਤੁਸੀਂ ਨਾ ਦੇਖੋ, ਜੇ ਅਸੀਂ, ਮੈਂ ਜਦੋਂ ਵੀ ਅੰਮ੍ਰਿਤਸਰ ਆਉਣਾ ਹਮੇਸ਼ਾ ਮੈਂ ਸਟੇ ਕਰਦਾ ਸਰਕਾਰੀ ਰੈਸਟ ਹਾਊਸ 'ਚ, ਮੈਂ ਜਾਂ ਯੂਨੀਵਰਸਿਟੀ ਜਿਹੜਾ ਸਟੇ ਕਰਦਾ, ਕਿਤੇ ਵੀ ਜਾਂਦਾ ਮੈਂ, ਕਿਤੇ ਵੀ ਕਿਸੇ ਹੋਟਲ 'ਚ ਅੱਜ ਤੱਕ ਮੈਂ ਗਿਆ ਹੋਵਾਂ, ਕੋਈ ਹੋਟਲ ਵਾਲਾ ਕਹਦੇ ਵੀ ਮੀਤ ਨੇ ਸਾਨੂੰ ਵਿਗਾੜ ਪਾਈ ਹੈ। ਮੇਰੇ ਕੋਲੇ ਪੋਲੂਸ਼ਨ ਡਿਪਾਰਟਮੈਂਟ ਹੈ, ਮੈਂ ਸਾਰੇ, ਮੈਨੂੰ ਇੰਡਸਟਰੀ ਵਾਲੇ ਵੀ ਸੁਣਦੇ ਹੋਣਗੇ, ਮੈਨੂੰ ਸਾਡੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ। ਕੋਈ ਇੱਕ ਬੰਦਾ, ਕੋਈ ਅਫਸਰ, ਕੋਈ ਠੇਕੇਦਾਰ, ਮੇਰੇ ਕੋਲੇ 5 ਮਹਿਕਮੇ ਹੈ, ਕੋਈ ਇੰਡਸਟਰੀ ਵਾਲਾ ਕਹਦੇ ਵੀ ਮੀਤ ਨੇ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ, ਮੇਰਾ ਸਿਰ ਤੁਹਾਡੀਆਂ ਜੁੱਤੀਆਂ ਹੋਣਗੀਆਂ। ਪਰ ਯਾਰ ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ, ਜੇ ਤੁਸੀਂ ਮਤਲਬ ਕਿ ਹੇਠਲੇ ਲੈਵਲ ਦੀ ਜਿਹੜੀ ਤੁਸੀਂ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਹੋ, ਮੈਂ ਦੁਬਾਰਾ ਕਹਿੰਦਾ ਕੋਈ ਕਦੇ ਚਾਹ ਦਾ ਕੱਪ ਪ੍ਰੂਵ ਕਰ ਗਿਆ। ਮਨਸ਼ਾ ਕੀ ਹੈ ਜੀ ਇਹਦੇ ਪਿੱਛੇ, ਮਨਸ਼ਾ ਕੀ ਹੈ? ਅਸਲ 'ਚ ਗੱਲ ਇਹ ਹੈ
कि कोई असली मुद्दा जेड़ा साढ़े जेड़े कोई मंत्री साहबान है उन्होंने अगेंस्ट मिल नहीं रहा। डेढ़ साल जेड़ा सरकार का लंघ चुके है, किसी से कोई उंगल करके कोई गल कह नहीं सकता। हुण तुसीं देखो भी डेढ़ साल च ये गल एक कढ के लिया है जेड़ी मन घट मैं तुसीं राजनीति करने चज का इल्जाम तो लाओ यार बंदे वाला, ये कोई गल है मतलब कि तुसी घटिया लेवल दी जिहड़ी राजनीति नोटिस भेजी है ओ तुहाडे भाजी तुसी चैक कर लो 15 अगस्त तो 15 सितंबर तक 58 नोटिस गया अमृतसर च, ओ असी सारे कोई बदलाखोरी वाल भेजते रूटीन च जिहड़े नोटिस है जिहड़े ओह जांदे आ किसी नूं कोई गलत नोटिस गया ओ बंदे ने चीज कंप्लीट कीती ओ सी तुसी गल तुसी ओ गल करो रोजाना रूटीन च चैकिंगां साडी सरकार दे विच वधियां ने सारियां ते वधियां ने सारे महकमे दी वधियां ने ਉਹ ਵਧਾਉਣੀਆਂ ਸੀ ਨਾਲੇ ਤੁਸੀਂ ਮੰਨ ਲਓ ਮੈਂ ਕਿਸੇ ਦੇ ਮੰਨ ਲਓ ਵੀ ਬੈਠ ਕੇ ਕਿਤੇ ਚਾਹ ਦਾ ਕੱਪ ਮੈਂ ਪੀ ਲਿਆ ਇਹਦਾ ਮਤਲਬ ਇਹ ਥੋੜੇ ਮੇਰੀ ਉਹਨਾਂ ਸਾਂਝ ਪੈ ਗਈ ਮੈਂ ਉਹਨੂੰ ਪ੍ਰੋਟੈਕਟ ਕਰੂੰ ਤੁਸੀਂ ਮੈਂ ਦੁਬਾਰਾ ਕਹਿਣਾ ਤੁਹਾਡਾ ਜੀਜਾ ਦੇ ਤੁਸੀਂ ਲੋਕਾਂ ਦੀਆਂ ਬੱਸਾਂ ਵੀ ਦੱਬੀਆਂ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਤੁਸੀਂ ਹੋਟਲਾਂ 'ਚ ਵੀ ਹਿੱਸੇ ਪਾਏ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਅਸੀਂ ਤੁਹਾਡੇ ਵਰਗੀ ਹੇਠਲੇ ਪੱਧਰ ਦੀ ਰਾਜਨੀਤੀ ਨਹੀਂ ਕਰਦੇ ਮੈਂ ਮਜੀਠੀਆ ਸਾਹਿਬ ਨੂੰ ਕਹੂੰਗਾ ਵੀ ਏਦਾਂ ਦੀ ਤੁਸੀਂ ਕੋਈ ਮੁੱਦੇ ਆ ਤੁਸੀਂ ਕੋਈ ਚੱਜ ਦੇ ਲੈ ਕੇ ਆਓ ਬਿਲੋ ਦਾ ਬੈਲਟ ਜਿਹੜੀ ਪੋਲਿਟਿਕਸ ਆ ਉਹ ਨਾ ਕਰੋ ਭਾਜੀ ਮੈਂ ਨਾ ਇਸ ਜਿਹੜੀ ਇਹ ਮੈਂ ਇਹਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਤੁਸੀਂ ਮੈਂ ਆਇਆ ਇੱਥੇ ਪੁੱਛ ਲਿਆ ਮੈਂ ਤੁਹਾਨੂੰ ਦੱਸਤਾ ਸਾਡੇ ਕੋਲ ਹੋਰ ਬੜੇ ਪੋਜ਼ਿਟਿਵ ਕੰਮ ਨੇ ਜਿਹੜੇ ਪੰਜਾਬ 'ਚ ਕਰਨ ਵਾਲੇ ਮੈਂ ਕਹਿੰਦਾ ਗੱਲ ਪ੍ਰੂਵ ਕਰ ਦੇਣ ਉੱਥੇ ਕੁਲਚਾ ਲੈਣ ਵਾਲੀ ਵੀ ਸੀਸੀਟੀਵੀ ਹੋਊਗਾ ਉਹਦੇ ਆਂਢੀ ਗੁਆਂਢੀ ਦੀ ਵੀ ਹੋਊਗਾ ਵੀ ਕਿਤੇ ਸਾਨੂੰ ਇਹ ਕੁਲਚਾ ਇਹਨਾਂ ਨੇ ਹੋਟਲ 'ਚ ਸਰਵ ਕੀਤਾ ਜਾਂ ਕੋਈ ਗੱਲ ਹੈ ਤੁਸੀਂ ਦੱਸੋ ਤੁਹਾਨੂੰ ਆਮ ਇਹ ਗੱਲ ਜਾਇਦੀ ਹੈ ਵੀ ਉੱਥੇ ਮੰਤਰੀ ਜੀ ਉੱਥੇ ਪੈਸੇ ਦੇ ਲੈਣ ਦੇਣ ਪਿੱਛੇ ਹੋਟਲਾਂ 'ਚ ਝਗੜ ਰਹੇ ਹੋ ਅਤੇ ਉਹ ਕੀ ਕਹਿਣਾ ਵੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਕੋਈ ਕਹੂਗਾ ਯਾਰ ਇੱਦਾਂ ਕੋਈ ਆਮ ਬੰਦਾ ਨਹੀਂ ਕਹਿੰਦਾ ਵੀ ਦੱਸ ਕੀ ਇਹ ਕਿਸ ਤਰੀਕੇ ਨਾਲ ਉਹਨੂੰ ਗਲੋਰੀਫਾਈ ਕੀਤਾ ਗਿਆ ਅਕਾਲੀ ਦਲ ਵੱਲੋਂ ਭਾਜੀ ਚਲੋ ਮੈਂ ਹੁਣ ਗੱਲ ਫਿਰ ਦੁਬਾਰਾ ਹੋਈ ਹੈ ਨਾ ਕਿਉਂਕਿ ਅਸਲ 'ਚ ਹੋਰ ਕੋਈ ਮੁੱਦਾ ਕੋਈ ਨਹੀਂ ਹੈ ਨਾ ਵੀ ਤੁਸੀਂ ਯਾਰ ਸੀਨੀਅਰ ਪਾਰਟੀ ਦੇ ਲੀਡਰ ਹੋ ਆਪਦੀ ਦੇ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਵਰਕਰ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਦੇਖ ਕੇ ਤੁਹਾਡੇ ਛੋਟੇ ਜਿਹੜੇ ਵਰਕਰ ਆ ਉਹਨਾਂ ਨੇ ਰਾਜਨੀਤੀ ਸਿੱਖਣੀ ਆ ਜੇ ਤੁਸੀਂ ਇੱਦਾਂ ਦੀ ਰਾਜਨੀਤੀ ਜਿਹੜੀ ਆ ਕਰੋਗੇ ਤਾਂ ਤੁਹਾਡੇ ਅੱਗੇ ਵਰਕਰ ਜਿਹੜੇ ਕੀ ਕਰਨਗੇ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ ਜਿਹੜੇ ਕੋਈ ਪੰਜਾਬ ਦੇ ਅਸਲ ਮੁੱਦੇ ਆ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਆ 1 ਤਰੀਕ ਨੂੰ ਸੀਐਮ ਸਾਹਿਬ ਨੇ ਕਿਹਾ ਵੀ ਆਓ ਭਾਈ ਉੱਥੇ SYL ਦੇ ਮੁੱਦੇ 'ਤੇ ਡਿਸਕਸ ਕਰਦੇ ਹਾਂ ਜੇ ਤੁਹਾਡੀਆਂ ਕਿ ਲੱਤਾਂ ਭਾਰ ਚੱਲਦੀਆਂ ਆਓ ਉੱਥੇ ਇੱਕ ਹਰਪਾਲ ਚੀਮਾ ਸਾਹਿਬ ਇੱਕ ਮੀਥੇਰ ਸਾਹਿਬ ਅਤੇ ਤੀਜਾ ਅਮਨ ਅਰੋੜਾ ਸਾਹਿਬ ਇਹ ਗਏ ਕੁਲਚਾ ਲੈਣ ਡੇ ਕੁਲਚੇ ਖਾਣ ਉੱਥੇ ਸੀ ਭੀੜ ਇਹ ਆ ਗਏ ਸਾਹਮਣੇ ਉਹਦੇ ਹੈ MK ਹੋਟਲ ਇਹ ਚਲੇ ਗਏ MK ਹੋਟਲ ਦੇ ਅੰਦਰ ਅਤੇ ਕਹਿੰਦੇ ਕਮਰਾ ਖੋਲ ਦਿਓ ਜਿਹੜਾ ਮਾਲਕ ਸੀ ਸੰਜੇ ਗਲੋਤਰਾ ਜੀ ਉਹ ਬਿਮਾਰ ਨੇ ਉਹ ਮੈਦਾਨਤਾ 'ਚ ਦਾਖਲ ਸੀ ਹੁਣ ਮੈਨੇਜਰ ਨੂੰ ਕੋਈ ਕਮਰਾ ਲੈਣ ਆਊਗਾ ਤੁਸੀਂ ਜਾਓਗੇ ਕੋਈ ਜਾਊਗਾ ਖਾਸ ਕਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਆ ਮੈਨੂੰ ਉਹਨਾਂ ਦੀ ਨਹੀਂ ਸਮਝ ਆਈ ਉਹਨਾਂ ਨੇ ਕਮਰਾ ਮੰਗਿਆ ਉਹਨੇ ਪੁੱਛ ਲਿਆ ਕਿਉਂ ਰਹਿਣਾ ਕੀ ਰਹਿਣਾ ਜੋ ਨੋਰਮਲ ਫੋਰਮੈਲਿਟੀ ਹੁੰਦੀ ਉਹਨੇ ਕਿਰਾਇਆ ਦੱਸਤਾ 5500 ਮੰਤਰੀਆਂ ਨੂੰ ਚੜ ਗਿਆ ਗੁੱਸਾ ਕਹਿੰਦੇ ਕੋਈ ਨਾ ਕਮਰਾ ਪੈਸੇ ਇੱਕ ਵਾਰੀ ਤਾਂ ਉਹਨਾਂ ਨੇ ਰੌਲਾ ਰੂਲਾ ਪਾਇਆ ਕਿ ਤੁਹਾਨੂੰ ਨਹੀਂ ਪਤਾ ਮੈਂ ਕੌਣ ਆ ਤਿੰਨਾਂ ਨੇ ਉਹ ਮੈਨੇਜਰ ਨੇ ਕਹਿਤਾ ਸਾਨੂੰ ਤਾਂ ਪਤਾ ਨਹੀਂ ਜੀ ਕੌਣ ਕੌਣ ਨਹੀਂ ਸਾਨੂੰ ਤਾਂ ਕਿਰਾਇਆ ਦੇ ਦਿਓ ਭਾਵੇਂ ਤੁਸੀਂ ਆ ਭਾਵੇਂ ਕੋਈ ਰਵੇ ਸਾਨੂੰ ਕੀ ਚਲੋ ਰੌਲਾ ਗੋਲਾ ਪਿਆ ਅਖੀਰ 'ਚ ਉਹਨਾਂ ਨੇ ਦੇ ਦਿੱਤੇ 5500 ਅਤੇ ਕਮਰਾ ਖੋਲਤਾ ਮਗਰ ਈਗੋ ਇੰਨੀ ਹਰਟ ਹੋ ਗਈ ਅਹੰਕਾਰ ਇਸ ਕਿਸਮ ਦਾ ਹੋ ਗਿਆ ਔਰ ਕਮਾਲ ਦੀ ਗੱਲ ਹੈ ਹੋਇਆ ਵੀ ਕਿਹੜੀ ਤਰੀਕ ਨੂੰ 14 ਆ 14 ਤਰੀਕ ਜਿਸ ਦਿਨ ਇਹਨਾਂ ਨੇ ਇੰਡਸਟਰੀ ਸਮਿਟ ਇਹ ਅੰਮ੍ਰਿਤਸਰ ਸਾਹਿਬ 'ਚ ਕਰਦੇ ਫਿਰਦੇ ਸੀ ਉਹ ਮੈਂ ਵੀਡੀਓ ਦਿਖਾਊਂਗਾ ਨਾਲ ਦੇ ਹੋਟਲ 'ਚ ਤਾਜ ਹੋਟਲ 'ਚ ਕੇਜਰੀਵਾਲ ਸਾਹਿਬ ਤੇ ਆ ਸੁਣਨ ਵਾਲੀ ਗੱਲ ਹੈ ਬੜੀ ਵਧੀਆ ਗੱਲ ਹੈ ਸੁਣਾ ਇੱਕ ਹੀ ਚੀਜ਼ ਸੁਣਨੇ ਮੇਂ ਆਤੀ ਥੀ ਕਿ ਕਿਤਨਾ ਬਾਹਰ ਸੇ ਇਨਵੈਸਟਮੈਂਟ ਆ ਰਹਾ ਹੈ ਕਿਤਨਾ ਬਾਹਰ ਸੇ ਇਨਵੈਸਟਮੈਂਟ ਆ ਰਹਾ ਹੈ ਵੋ ਤੋ ਇੰਪੋਰਟੈਂਟ ਹੈ ਲੇਕਿਨ ਕਿਸੇ ਨੇ ਸਹੀ ਕਹਾ ਕਿ ਬਾਹਰ ਕੇ ਇਨਵੈਸਟਮੈਂਟ ਕੋ ਤੋ ਬਾਅਦ ਮੇਂ ਦੇਖ ਲੈਣਾ ਪਹਿਲੇ ਆਪਣੀ ਇੰਡਸਟਰੀ ਤੋ ਬਚਾ ਲੋ ਬਚਾ ਲਈ ਅਗਰ ਹਮਾਰੀ ਇੰਡਸਟਰੀ ਨਹੀਂ ਬਚੇਗੀ ਤੋ ਬਾਹਰ ਕਾ ਇਨਵੈਸਟਮੈਂਟ ਕਾ ਕਿਆ ਫਾਇਦਾ ਔਰ ਸਬਸੇ ਬੜੇ ਬ੍ਰਾਂਡ ਐਂਬੈਸਡਰਸ ਤੋ ਆਪ ਹੀ ਲੋਗ ਹੈ ਕੋਈ ਅਗਰ ਬਾਹਰ ਦੀ ਇੰਡਸਟਰੀ ਲਗਾਨੇ ਆਏਗਾ ਤੋ ਸਭ ਤੋਂ ਪਹਿਲੇ ਤੋ ਆਪ ਹੀ ਸੇ ਪੁੱਛੇਗਾ ਕਿ ਭਾਈ ਸਾਹਿਬ ਕਿਆ ਮਾਹੌਲ ਹੈ ਯਹਾਂ ਪੇ ਅੱਛਾ ਮਾਹੌਲ ਹੈ ਖਰਾਬ ਮਾਹੌਲ ਹੈ ਮੈਂ ਪੈਸਾ ਲਗਾਊਂ ਯਹਾਂ ਪੇ
और आप कहोगे नहीं जी बहुत खराब माहौल है मताना, तो कोई भी बाहर से पैसा नहीं आ सकता। तो एक भगवंत मान साहब ने बड़ा अच्छा काम किया, अब बस जी माहौल देखो कितना चंगा, छोले कुलचे खान तो दरगे वो खोलिया नहीं बेचारिया ने, एम के आलिया ने उन्हां दे नाल किस तरीके का तशद्दुद आ पहला 29/9/2023 आ पोल्यूशन कंट्रोल बोर्ड का उन्होंने नोटिस करता। हुण कौन है जी पोल्यूशन का मिनिस्टर? मीत धीर साहब। नोटिस करता थले कहता कि अज ही बंद कर देना तेनू ती तेरी सारिया वायलेशन है, जेड़ा 25 साल तो चल रहा होटल छोले कुलचे खाने तो पहला तो ठीक सी, 20 कमरे डीसी ने कराए सी उस दिन ता भी ठीक सी, मगर इन्हां नू हरपाल चीमे नू मीत धीर तो ते अमन अरोड़े तो मंग ले पैसे कमरे दे ते उन्हां दे हो गया पोल्यूशन दी नाल रेड ते चिट्ठी नोटिस कढ़ता। और कमाल दी गल है कला वो नहीं कढ़िया, एक नोटिस अगला कढ़िया एक साइज दा वो महकमा की दा हरपाल चीमा साहब दा कि वह नोटिस भी कढ़ता। तीजा नोटिस कढ़ता फूड डिपार्टमेंट ने कि तेरी क्वालिटी नहीं ठीक, और कमाल दी गल है कि उस तो 15 दिन पहला ही हेल्थ डिपार्टमेंट फूड दे ने उन्होंने 5-स्टार रेटिंग दिती सी कि थोड़ी एड्डी वधिया साफ संभाल है, आ एक कुलचे ना खोण ते चक्कर वेख लो की पैगा, कर लो पढ़ लो पूछ इच्छे कर लो इन्वेस्टमेंट पंजाब च, कहिंदा माहौल कहिंदा तुसीं दसोंगे। हुण भाई जे कोई आवे ना थोनू इन्हां मुफ्त च इन्हां नू चाह पानी खिला दिया करो पिला दिया करो, एडे भुखे ने एडे मतलब की इन्हां लई कहां कि इस तरीके का व्यवहार कर रहे, एंड समबडी हूज इन हॉस्पिटल। देखो कांग्रेस की सरकार रही है, श्रोमणी अकाली दल की रही है, तुसी ये गल्ला नहीं कदे सुन, इस तरह की गल नहीं सुनी होनी कि एम के होटल आले नू इस तरह का स्टैप लेना पाया। अखीर च ये गए जी हाई कोर्ट, ये गए कोर्ट पंजाब अमृतसर कोर्ट, उथो जाके आ भी कागज मैं थोड़े नाल शेयर कर लैना, 3 तरीक नू इन्हां नू जसबीर सिंह जेडे सिविल जज साहब ने 3/10/23 नू इन्हां नू स्टे दिता बगैर नोटिस दे, उन्हूं कहता तेरा सब बंद कर देंगे अड़ा देंगे, वह बेचारा स्टे लैके आया तो कहिंदे करो पंजाब च इनवैसट, कोई करूगा? आ कट्टर इमानदारा दी किन्ने वजीर हो गए जी, हले एक दी मैं होर दसूंगा कारनामा, वह थोड़े चिर च दसूंगा, हले मैं सोच रहा थोनू किन्ने दिन बाद दसा, वह वेख के तो तुम वैही अके बके रह जाओगे, थोड़े तो वेखी वूखी नहीं जानी, मैं पहला दस दया थोनू। चलो उस तो अगली गल आ जाओ कट्टर इमानदारा। शादीशुदा जीवन का आनंद माणन लिए आज ही संपर्क करो डॉक्टर गुप्ता 36961-77000, उम्र होवे 25 या 65 साल, बुढ़ापे विच भी जवानी वर्ग जोश अते ताकत दा आनंद माणो, क्रैशित समाज जिन्ना चाहो उन्ना वधा, ना मरदी मर्दाना कमजोरी तात सुपनदोष बचपन दियां गलतियां शुगर जां वधदी उम्र कारण आई सैक्स कमजोरी शीघर पतन नशा दी कमजोरी जां टिल्लापन नशे कारण आई सैक्स कमजोरी बेओला दुखी भैन भरा एक बार जरूर संपर्क करो। साडी दवाई 100% शुद्ध आयुर्वैदिक दवाई है, देश विदेश च दवाई भेजण दा भी खास प्रबंध, आनंद दवाखाना पता सामने बस स्टैंड पटियाला पंजाब 36961-77000। दवाई दा असर हर मरीज लई वखरा वखरा हो सकता है।